ਵਿਖੇ ਖਾਲਸਾ ਕਾਲਜ ਫਾਰ ਵੂਮੈਨ ਵੱਲੋਂ ਓਲਡ ਸਟੂਡੈਂਟ ਮੀਟ ਦਾ ਇਵੈਂਟ ਸੈਲੀਬ੍ਰੇਸ਼ਨ ਕੀਤਾ ਗਿਆ। ਇਸ ਕਾਲਜ ਨੂੰ ਅੱਜ 60 ਸਾਲ ਪੂਰੇ ਹੋ ਚੁੱਕੇ ਨੇ ਅਤੇ ਜਿੰਨੇ ਵੀ ਪੁਰਾਣੇ ਸਟੂਡੈਂਟ ਸੀ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ। ਇਸ ਮੌਕੇ ਤੇ ਪੁਰਾਣੇ ਸਟੂਡੈਂਟਸ ਨੇ ਡਾਂਸ, ਸਿੰਗਿੰਗ, ਗਿੱਧਾ, ਭੰਗੜਾ ਕਰਕੇ ਇਸ ਇਵੈਂਟ ਵਿੱਚ ਚਾਰ ਚੰਨ ਲਾ ਦਿੱਤੇ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਜਨਪਦ ਤੋਂ ਅਨੂ ਗੋਇਲ, ਕ੍ਰਿਤਿਕਾ ਗੋਇਲ ਅਤੇ ਐਕਸਾਈਜ਼ ਡਿਪਾਰਟਮੈਂਟ ਤੋਂ PCS ਆਫਿਸਰ ਅਤੇ ਹੋਰ ਵੀ ਵੱਡੀ ਸ਼ਖਸੀਅਤਾਂ ਮੌਜੂਦ ਰਹੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਓਲਡ ਸਟੂਡੈਂਟ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਆਪਣੇ ਪੁਰਾਣੇ ਸਕੂਲ ਵਿੱਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਬਹੁਤ ਇੰਜੋਏ ਕੀਤਾ। ਅੱਜ ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਸ ਲੁਧਿਆਣੇ ਦੇ ਵਿਹੜੇ ਇਹਨਾਂ ਦੇ ਬਹੁਤ ਪੁਰਾਣੇ ਟਾਈਮ ਦੇ ਸਾਰੇ ਬੱਚੇ ਅੱਜ ਇਸ ਵਿਹੜੇ ਪਹੁੰਚੇ ਹਨ। ਇਹ ਸਾਰੀਆਂ ਧੀਆਂ ਬਹੁਤ ਉੱਚੀਆਂ ਬੁਲੰਦੀਆਂ 'ਤੇ ਪਹੁੰਚੀਆਂ ਨੇ ਅਤੇ ਹੁਣ ਇੱਥੇ ਆ ਕੇ ਸਾਰਿਆਂ ਨੂੰ ਇੱਕਮਿਕ ਹੋ ਕੇ ਆਪਣੇ ਪੁਰਾਣੇ ਦਿਨ ਯਾਦ ਕਰਦੇ ਨੇ, ਚੇਤੇ ਆਉਂਦੇ ਨੇ ਜਿਹੜੇ ਉਹਨਾਂ ਦੇ ਸੋਹਣੇ ਸੋਹਣੇ ਸੁਨਹਿਰੀ ਜ਼ਿੰਦਗੀ ਦੇ ਸਫ਼ਰ ਇੱਥੇ ਗੁਜ਼ਰੇ ਹਨ ਅਤੇ ਉਹਨਾਂ ਨੂੰ ਤਾਜ਼ਾ ਕਰਦੇ ਹੋਏ ਨੱਚਦੇ ਗਾਉਂਦੇ ਸਾਰੇ ਖਾਂਦੇ ਪੀਂਦੇ ਆਪਣੇ ਉਸ ਮੁਕਾਮ ਨੂੰ ਹਾਸਿਲ ਕਰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਸਾਨੂੰ ਇਸ ਕਾਲਜ ਤੋਂ ਇੱਕ ਸੇਧ ਮਿਲੀ ਅਤੇ ਅਸੀਂ ਉੱਚੀਆਂ ਬੁਲੰਦੀਆਂ 'ਤੇ ਪਹੁੰਚ ਸਕੇ। ਅਤੇ ਸਾਰੇ ਸਾਡੇ ਜਿਹੜਾ ਅੱਜ ਦਾ ਨੌਜਵਾਨ ਹੈ ਕਿ ਉਹ ਆਪਣੀ ਲਗਨ ਨਾਲ ਕੰਮ ਕਰੇ ਅਤੇ ਜਦੋਂ ਲਗਨ ਨਾਲ ਕੰਮ ਕਰਦੇ ਰਹਿੰਦੇ ਹਾਂ ਅਤੇ ਆਪਣੀਆਂ ਅਸਲੀ ਜਿਹੜੀਆਂ ਰੂਟਸ ਨੇ ਜਾਂ ਜੜ੍ਹਾਂ ਨੇ ਜੁੜੇ ਰਹਿੰਦੇ ਹਾਂ ਤਾਂ ਅਸੀਂ ਹਰ ਵੇਲੇ ਉੱਚੀਆਂ ਬੁਲੰਦੀਆਂ ਹਾਸਿਲ ਕਰਦੇ ਹਾਂ। ਧੰਨਵਾਦ। ਮੈਂ 96 ਦੇ ਵਿੱਚ ਮੈਂ ਪਾਸ ਆਊਟ ਹੋਈ ਸੀ ਔਰ ਮੈਨੂੰ ਬਹੁਤ ਵਧੀਆ ਲੱਗਦਾ। ਇਹ ਹਰ ਸਾਲ ਸਾਨੂੰ ਇੱਦਾਂ ਲੱਗਦਾ ਅਸੀਂ ਆਪਣੇ ਘਰ ਆ ਗਏ, ਬਹੁਤ ਹੀ ਅੱਛਾ ਲੱਗ ਰਿਹਾ। ਬਾਕੀ ਨਾਮ ਸਟੂਡੈਂਟ ਜਿੰਨੇ ਵੀ ਸਾਡੇ ਪੁਰਾਣੇ ਸਹੇਲੀਆਂ ਨੇ, ਸਾਰੀਆਂ ਫਰੈਂਡਸ, ਕਾਲਜ ਸਭ ਬਹੁਤ ਹੀ ਅੱਛਾ ਲੱਗਦਾ। ਪ੍ਰਿੰਸੀਪਲ ਮੈਡਮ ਬਹੁਤ ਨਾਈਸ ਨੇ, ਮੈਨੂੰ ਹਰ ਮੇਰੀ ਬੇਟੀ ਵੀ ਇੱਥੇ ਸੈਕਿੰਡ ਈਅਰ 'ਚ ਪੜ੍ਹਦੀ ਆ, ਮੈਂ ਜਦੋਂ ਵੀ ਆਉਂਦੀ ਹਾਂ ਮੈਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੇ ਨੇ, ਮੈਨੂੰ ਬਹੁਤ ਅੱਛਾ ਲੱਗਦਾ ਮੈਂ ਇਸ ਕਾਲਜ 'ਤੇ। ਔਰ ਮੈਂ ਜਦੋਂ ਵੀ ਆਉਂਦੀ ਹਾਂ ਮੈਨੂੰ ਐਂ ਲੱਗਦਾ ਜਿਵੇਂ ਮੈਂ ਆਪਣੇ ਪੇਕੇ ਘਰ ਆ ਗਈ। 30 ਸਾਲ ਬਾਅਦ ਇਸ ਕਾਲਜ ਮੈਂ ਆਈ ਹੂੰ, ਮੈਂ ਯਹਾਂ ਕੀ ਓਲਡ ਸਟੂਡੈਂਟ ਹੂੰ। ਬਹੁਤ ਅੱਛਾ ਲੱਗ ਰਿਹਾ ਹੈ, ਓਲਡ ਮੈਮਰੀਜ਼ ਰਿਵਾਈਵ ਹੋ ਰਹੀ ਹੈ, ਐਸੇ ਲੱਗਤਾ ਹੈ ਕਿ ਆਪਣੇ ਮਾਇਕੇ ਆ ਗਏ ਹੈ। ਅਬ ਜਬਕਿ ਦਾਦੀ ਔਰ ਨਾਨੀਜ਼ ਬਨ ਚੁੱਕੇ ਹੈ, ਆਜ ਵੀ ਐਸੇ ਲੱਗਤਾ ਹੈ ਕਿ ਹਮ ਛੋਟੇ ਬੱਚੇ ਹੀ ਹੈ ਇਸ ਕਾਲਜ ਕੇ। ਥੈਂਕਸ ਟੂ ਦ ਪ੍ਰਿੰਸੀਪਲ ਜਿਨ੍ਹਾਂ ਹਮੇ ਇਨਵਾਈਟ ਕੀਆ ਇਸ ਕਾਲਜ ਕੇ ਲੀਏ, ਓਲਡ ਲਾਈਨ ਬਨਣੇ ਕੇ ਲੀਏ। ਥੈਂਕ ਯੂ ਸੋ ਮਚ। ਮੰਡੀ ਸਿਵਲ ਲਾਈਨ ਲੁਧਿਆਣਾ ਵਿਖੇ ਓਲਡ ਸਟੂਡੈਂਟ ਮੀਟ ਮਨਾਈ ਜਾ ਰਹੀ ਹੈ ਅਤੇ ਕਲਚਰ ਪ੍ਰੋਗਰਾਮ ਰੱਖੇ ਹੋਏ ਨੇ ਅਤੇ 62 ਬੈਚ ਦੇ ਵੀ ਅੱਜ ਸਾਡੇ ਓਲਡ ਸਟੂਡੈਂਟ ਸਾਰੇ ਰੂਬਰੂ ਹੋਏ ਨੇ ਅਤੇ ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ ਆਪਣਾ ਪੂਰੇ ਪੁਰਾਣੇ ਦਿਨ ਯਾਦ ਆ ਗਏ ਨੇ। ਮੈਨੂੰ ਵੀ 25 ਸਾਲ ਹੋ ਗਏ ਕਾਲਜ ਛੱਡੇ ਨੂੰ, ਪਰ ਬਹੁਤ ਅੱਛਾ ਲੱਗ ਰਿਹਾ ਸਾਰੇ ਪ੍ਰੋਫੈਸਰ ਸਾਹਿਬਾਨ ਨੂੰ ਮਿਲ ਕੇ, ਪ੍ਰਿੰਸੀਪਲ ਮੈਮ ਅਤੇ ਸਾਡੇ ਜਿੰਨੇ ਐਲੂਮਨਾਈ ਮੀਟ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਫੰਕਸ਼ਨ ਔਰਗੇਨਾਈਜ਼ ਕੀਤਾ ਹੈ ਅਤੇ ਅੱਜ ਦੇ ਸਾਡੇ ਮੁੱਖ ਮਹਿਮਾਨ ਜਨਪਦ ਤੋਂ ਅਨੂ ਗੋਇਲ, ਕ੍ਰਿਤਿਕਾ ਗੋਇਲ ਸਾਡੇ ਮੁੱਖ ਮਹਿਮਾਨ ਨੇ ਔਰ PCS ਆਫਿਸਰ ਐਕਸਾਈਜ਼ ਡਿਪਾਰਟਮੈਂਟ ਤੋਂ ਜਿਹੜੇ ETO ਨੇ ਮੈਡਮ ਹਰਸਿਮਰਤ, ਡਾਕਟਰ ਹਰਸਿਮਰਤ ਗਰੇਵਾਲ ਨੇ ਅਤੇ ਸਾਡੇ ਮੈਡਮ ਡਾਇਰੈਕਟਰ ਗੈਸਟ ਆਫ ਆਨਰ ਸ਼ੀਤਲ ਮੈਡਮ ਵਾਨੀ ਵਿਜ ਜੀ ਨੇ ਅਤੇ ਸਾਨੂੰ ਬਹੁਤ ਇਹਨਾਂ ਦੇ ਆਉਣ 'ਤੇ ਅੱਛਾ ਲੱਗਿਆ ਅਤੇ ਸਾਡੇ ਫੰਕਸ਼ਨ ਨੂੰ ਬਹੁਤ ਉਘਾਰਾ ਮਿਲਿਆ ਅਤੇ ਅੱਜ ਝੂਲੇ ਵਗੈਰਾ ਲਗਾ ਕੇ 40 ਸਟਾਲ ਲਗਾ ਕੇ ਜਿੰਨੇ ਵੀ ਸਟੂਡੈਂਟਸ ਨੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਅਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ। ਮੇਰਾ ਨਾਮ ਅਸ਼ੀਸ਼ ਅਤੇ ਮੈਂ ਕਾਲਜ ਪੜ੍ਹਦੇ ਅਤੇ ਇੱਥੇ ਸਾਡੇ ਬਹੁਤ ਫੰਕਸ਼ਨ ਅਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਫੰਕਸ਼ਨ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਇੰਜੋਏ ਕਰ ਰਿਹਾ। ਮੇਰਾ ਨਾਮ ਮਨਪ੍ਰੀਤ ਹੈ, ਮੈਂ ਇਸ ਕਾਲਜ ਦੀ ਸਟੂਡੈਂਟ ਹਾਂ। ਸਾਨੂੰ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ, ਬਹੁਤ ਇੰਜੋਏ ਕਰ ਰਹੇ ਹਾਂ, ਸਿੰਗਰ ਬਹੁਤ ਅੱਛਾ ਗਾਣਾ ਗਾ ਰਿਹਾ, ਸਾਨੂੰ ਬਹੁਤ ਅੱਛਾ ਲੱਗਦਾ। ਹੈਲੋ, ਮਾਈਸੈਲਫ ਹਰਦੀਪ ਸਿੰਘ, ਮੈਂ ਅੱਜ ਖਾਲਸਾ ਕਾਲਜ ਫਾਰ ਵੁਮੈਨ ਸਿਵਲ ਲਾਈਨ ਸ਼ਹਿਰ ਲੁਧਿਆਣੇ ਅਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਅੱਜ ਇਹਨਾਂ ਦਾ ਜੁਬੀਲੇਸ਼ਨ, ਆਈ ਥਿੰਕ ਕੋਈ ਮੇਲਾ ਹੋਇਆ, ਕੁਛ ਅਵਾਰਡ ਕੁਛ ਵੀ ਚੱਲ ਰਿਹਾ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਇੱਥੇ ਦੇ ਸਟੂਡੈਂਟਸ ਬਹੁਤ ਹੀ ਜ਼ਿਆਦਾ ਪਿਆਰ ਕਰ ਰਹੇ ਆ ਮੈਨੂੰ ਐਂਡ ਅਸੀਂ ਸਾਰਿਆਂ ਨੇ ਖੂਬ ਡਾਂਸ ਕੀਤਾ, ਨੱਚਿਆ ਔਰ ਆਈ ਥਿੰਕ ਮੈਂ ਵਿਸ਼ ਕਰਦਾ ਕਿ ਮੈਂ ਦੁਬਾਰਾ ਇਸ ਕਾਲਜ ਨੂੰ ਦੁਬਾਰਾ ਇੱਕ ਵਾਰੀ ਇੱਥੇ ਆਵਾਂ, ਫਿਰ ਪਰਫੋਰਮ ਕਰਾਂ। ਯੂਥ ਲਈ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਪਲੀਜ਼, ਅੱਜ ਦਾ ਜਿਹੜਾ ਪੰਜਾਬ ਆ ਉਹ ਬਿਲਕੁਲ ਨਸ਼ਿਆਂ ਨਾਲ ਭਰ ਚੁੱਕਿਆ। ਸੋ ਮੈਂ ਕਹਿੰਦਾ ਕਿ ਇਹ ਨਸ਼ੇ ਨੁਸ਼ੇ ਛੱਡੋ, ਆਪਣੇ ਕੰਮਾਂ ਕਾਰਾਂ ਵੱਲ ਲੱਗੋ, ਆਪਣੀ ਪੜ੍ਹਾਈ ਕਰੋ, ਜਿਸ ਕਿਸੇ 'ਚ ਤੁਹਾਨੂੰ ਇਹ ਇੰਟਰਸਟ ਹੈ ਤੁਸੀਂ ਉਸ ਚੀਜ਼ ਨੂੰ ਬਹੁਤ ਮਿਹਨਤ ਨਾ ਕਰੋ, ਤੁਹਾਨੂੰ ਇੱਕ ਦਿਨ ਜ਼ਰੂਰ ਉਸ ਚੀਜ਼ ਦਾ ਫਲ ਮਿਲੇਗਾ। ਥੈਂਕ ਯੂ ਸੋ ਮਚ। ਮੈਂ ਇੰਡੀਅਨ ਆਈਡਲ, ਸੋਨੀ ਟੀ ਵੀ 'ਤੇ ਇੰਡੀਅਨ ਆਈਡਲ ਆਉਂਦਾ, ਸੀਜ਼ਨ 9 'ਚ ਮੈਂ ਉਹਦਾ ਟੌਪ ਕੰਟੈਸਟੈਂਟ ਰਿਹਾ।
हाँ मेरा फेवरेट गाना मैं एक इंडियन आइडल च गाना गाया सी, वो मैं गाना दो लफ्ज की है बातें कही है किधर में आ फिर रुकी रुकी तुम में हम है हम में तुम हो तुमसे हम है हमसे तुम किस्मतों से मिलते हैं दो दिल हर किसी को नहीं मिलता यहाँ प्यार जिंदगी में खुश नसीब है हम जिनको है मिली ये बहार जिंदगी में हर किसी को नहीं मिलता यहाँ प्यार जिंदगी में कैमरामैन जीत दुगरी के नाल आरती रिपोर्ट ब्रेकिंग न्यूज़ पंजाब।